ਕਿ ਹਜ਼ਰਤ ਉਮਰ ਪਾਕ ਆਪਣੇ ਵਾਲਿਦ ਪਾਕ ਨਾਲ ਆਪਣੇ ਵਾਲਿਦ ਸਾਹਿਬ ਨਾਲ ਜਨਾਬ ਆਲਾ ਆਏ ਨੇ ਫਲਸਤੀਨ ਦੀ ਸਰਜ਼ਮੀਨ ਦਾ ਦੌਰਾ ਕਰਨ ਵਾਸਤੇ, ਤੇ ਫਲਸਤੀਨ ਦੇ ਅੰਦਰ ਇੱਕ ਰਾਹਿਬ ਨੇ ਦੇਖਿਆ, ਚਿਹਰਾ ਦੇਖ ਕੇ ਨਿਸ਼ਾਨੀਆਂ ਪਹਿਚਾਣ ਕੇ ਉਹਨੂੰ ਕਹਿੰਦਾ ਤੇਰਾ ਨਾਂ ਉਮਰ ਹੈ। ਆਪਣੇ ਫਰਮਾਇਆ ਤੇਰੇ ਪਿਓ ਦਾ ਨਾਂ ਖਤਾਬ ਹੈ। ਕਹਿੰਦਾ ਹਾਂ। ਸਾਰਾ ਕੁਛ ਪੁੱਛ ਕੇ ਉਹਨੇ ਕਿਹਾ ਫਿਰ ਮੇਰੀ ਕਿਤਾਬ ਮੈਨੂੰ ਦੱਸ ਰਹੀ ਹੈ, ਮੇਰਾ ਹਿਸਾਬ ਮੈਨੂੰ ਦੱਸ ਰਿਹਾ ਹੈ ਕਿ ਇੱਕ ਵਕਤ ਆਣਾ ਹੈ ਤੂੰ ਇਸ ਇਲਾਕੇ ਦਾ ਬਾਦਸ਼ਾਹ ਬਣਨਾ, ਲਿਹਾਜ਼ਾ ਅਗਰ ਤੂੰ ਇਸ ਇਲਾਕੇ ਦਾ ਬਾਦਸ਼ਾਹ ਬਣੇ ਤੇ ਮੈਨੂੰ ਲਿਖ ਦੇ ਇਹ ਇਲਾਕੇ ਦੀ ਜ਼ਮੀਨ ਤੂੰ ਮੈਨੂੰ ਦੇਣੀ। ਆਪਣੇ ਫਰਮਾਇਆ ਕਿ ਹਾਲਾਤ ਮੈਂ ਪੰਜ ਉੱਠ ਚੜਾਨਾ ਉਹੀ ਨਹੀਂ ਸਾਂਭੇ ਜਾਂਦੇ ਤੇ ਬਾਦਸ਼ਾਹ ਤੇ ਮੇਰੇ ਦੂਰ ਵਹਿਮੋ ਗੁਮਾਨ ਚ ਵੀ ਨਹੀਂ ਹੈ। ਉਹਨੇ ਕਿਹਾ ਜੀ ਵਹਿਮੋ ਗੁਮਾਨ ਨੂੰ ਛੱਡੋ, ਤੁਸੀਂ ਫਿਰ ਮੈਨੂੰ ਲਿਖ ਦਿਓ ਅਗਰ ਤੁਸੀਂ ਬਾਦਸ਼ਾਹ ਹੋਏ ਤੇ ਜ਼ਮੀਨ ਤੁਹਾਡੀ ਹੋਈ ਤੇ ਮਿਲਕੀਅਤ ਤੁਹਾਡੀ ਹੋਈ ਤੇ ਮੈਨੂੰ ਲਿਖ ਦਿਓ ਫਿਰ ਮੈਨੂੰ ਦੇ ਦਿਓ। ਆਪਨੇ ਫਰਮਾ ਠੀਕ ਹੈ, ਅਗਰ ਉਮਰ ਦੀ ਹੋਈ ਤੇ ਫਿਰ ਉਮਰ ਤੈਨੂੰ ਦੇ ਦੇਵੇ। ਉਹਨੇ ਲਿਖਵਾ ਲਿਆ। ਫਿਰ ਵਕਤ ਆਇਆ ਜਦੋਂ ਬੈਤੁਲ ਮੁਕੱਦਸ ਬਗੈਰ ਲੜਾਈ ਦੇ ਉਮਰ ਦੀ ਆਮਦ ਦੀ ਬਰਕਤ ਨਾਲ ਅੱਲਾਹ ਤਾਲਾ ਨੇ ਫਤਿਹ ਫਰਮਾਇਆ। ਇਸ ਵਕਤ ਜਨਾਬ ਆਲਾ ਮੁਸਲਮਾਨਾਂ ਮੁਹਾਸਰਾ ਕੀਤਾ, ਅਰਸਾ ਗੁਜ਼ਰ ਗਿਆ, ਫਤਿਹ ਨਹੀਂ ਹੋਇਆ। ਉਹਨਾਂ ਕਿਹਾ ਸੁਣੋ ਐਵੇਂ ਤਕਲੀਫ ਕਰ ਰਹੇ ਹੋ, ਅਗਰ ਤੁਸੀਂ ਤੁਹਾਡੇ ਵਿੱਚ ਕੋਈ ਉਮਰ ਹੈ ਤੇ ਫਿਰ ਜਨਾਬ ਉਹਨੂੰ ਲੈ ਆਓ ਕਿ ਸਾਡੀਆਂ ਕਿਤਾਬਾਂ ਨੇ ਕਿਹਾ ਇਹਨੂੰ ਉਮਰ ਨਾਮ ਦਾ ਇੱਕ ਬੰਦਾ ਜਨਾਬ ਆਲਾ ਇੱਕ ਕੌਮ ਦਾ ਜਨਾਬ ਜੋ ਸਰਬਰਾ ਹੋਏਗਾ ਉਹੀ ਫਤਿਹ ਕਰੇਗਾ। ਅਗਰ ਹੈ ਕੋਈ ਤੁਹਾਡਾ ਦਿਲ ਲੈ ਆਓ ਤੇ ਜਨਾਬ ਆਲਾ, ਅਗਰ ਨਹੀਂ ਤੇ ਜਿਤਨਾ ਮਰਜ਼ੀ ਦਿਲ ਕਰੇ ਮੁਆਸਰਾ ਕਰੋ। ਬੜਾ ਮਾਲ ਹੈ ਸਾਡੇ ਕੋਲ, ਪਾਣੀ ਵੀ ਹੈ, ਰੋਟੀ ਵੀ ਹੈ, ਸਮਾਨ ਵੀ ਹੈ, ਖਜੂਰਾਂ ਵੀ ਆਣ, ਅਸੀਂ ਤੁਹਾਡਾ ਮੁਕਾਬਲਾ ਕਰਾਂਗੇ। ਜਦੋਂ ਉਮਰ ਪਾਕ ਦਾ ਨਾਮ ਆਇਆ ਉਹਨੇ ਕਿਹਾ ਜੀ ਉਮਰ ਹੀ ਤੇ ਸਾਡੇ ਅਮੀਰ ਉਲ ਮੋਮਿਨੀਨ ਨੇ। ਉਹਨੇ ਕਿਹਾ ਇਹ ਨਾ ਸਮਝਣਾ ਕਿ ਇਕੱਲਾ ਉਮਰ ਦਾ ਨਾਂ ਹੈ, ਕਿਸੇ ਬੰਦੇ ਨੂੰ ਪੱਕ ਪਕੜ ਕੇ ਲੈ ਆਓਗੇ, ਅਸੀਂ ਮੰਨ ਲਵਾਂਗੇ। ਉਮਰ ਦਾ ਨਾਂ ਵੀ ਲਿਖਿਆ ਕਿਤਾਬਾਂ ਵਿੱਚ, ਆਉਂਦੀਆਂ ਨਿਸ਼ਾਨੀਆਂ ਵੀ ਲਿਖੀਆਂ ਹੋਈਆਂ। ਹਜ਼ਰਤ ਉਮਰ ਨੂੰ ਆਖਿਆ ਗਿਆ, ਖਤ ਪਹੁੰਚਿਆ, ਆਪ ਆਏ। ਜਦੋਂ ਆਪ ਤਸ਼ਰੀਫ ਲੈ ਕੇ ਆਏ ਤੇ ਆਪ ਇਹ ਕਈ ਵਾਰੀ ਬਾਬਾ ਜੀ ਬਿਆਨ ਫਰਮਾ ਚੁੱਕੇ, ਆਪ ਨੇ ਮੌਜ਼ੇ ਜਨਾਬ ਉਤਾਰ ਕੇ ਇੱਥੇ ਰੱਖੇ ਹੋਏ, ਤੇ ਜਦੋਂ ਮੌਜ਼ੇ ਇੱਥੇ ਉਤਾਰ ਕੇ ਰੱਖੇ ਹੋਏ ਤੇ ਉਸ ਵਕਤ ਆਪ ਨੂੰ ਆ ਕੇ ਜਨਾਬ ਅਮਰ ਬਿਨ ਆਸ ਨੇ ਔਰ ਨਾਲ ਹਜ਼ਰਤ ਅਬੂ ਬੈਦਾ ਬਿਨ ਜਰਾ ਉਹਨਾਂ ਨੇ ਆ ਕੇ ਗੱਲ ਕੀਤੀ ਕਿ ਹਜ਼ਰਤ ਜੀ ਇਹ ਕੋਈ ਤਰੀਕਾ ਤਾਂ ਨਹੀਂ ਹੈ ਕਿ ਇੱਥੇ ਮੌਜ਼ੇ ਹੋਣ ਜਨਾਬ ਤੁਸੀਂ ਰੱਖੇ ਹੋਏ ਨੇ, ਦੇਖਣਗੇ ਤੇ ਕੀ ਆਖਣਗੇ। ਆਪਨੇ ਫਰਮਾਇਆ ਜੇ ਤੁਹਾਡੇ ਬਗੈਰ ਕੋਈ ਹੋਰ ਇਹ ਲਫ਼ਜ਼ ਬੋਲਦਾ ਤੇ ਮੈਂ ਉਹਨੂੰ ਐਵੇਂ ਦੀ ਸਜ਼ਾ ਦਿੰਦਾ ਜੋ ਨਿਸ਼ਾਨੇ ਇਬਰਤ ਬਣ ਜਾਂਦੇ। ਤੁਹਾਨੂੰ ਪਤਾ ਨਹੀਂ ਹੈ ਕਿ ਸਾਨੂੰ ਇੱਜ਼ਤਾਂ ਇਹ ਦੁਨੀਆ ਦੇ ਫੈਸ਼ਨ ਦੀ ਵਜ੍ਹਾ ਤੋਂ ਨਹੀਂ ਲੱਭੀਆਂ, ਸਾਨੂੰ ਇੱਜ਼ਤਾਂ ਰਸੂਲullah ਦੇ ਦੀਨ ਦੀ ਵਜ੍ਹਾ ਤੋਂ ਲੱਭੀਆਂ। ਇਹ ਗੱਲਾਂ ਦੁਬਾਰਾ ਨਹੀਂ ਕਰਨੀਆਂ, ਬਲਕਿ ਆਪ ਜਿਹੜਾ ਫਰਮਾਉਂਦੇ ਹੋ ਇਨਾ ਕੁੰਨਾ ਅਜ਼ਲਾ ਕੌਮਨ ਅਜ਼ਲਾ, ਇਹਨਾਂ ਤੇ ਅਸੀਂ ਤਰਜਮਾ ਵੀ ਨਹੀਂ ਕਰ ਸਕਦੇ ਕਿ ਆਪਨੇ ਫਰਮਾਇਆ ਅਸੀਂ ਜਨਾਬ ਸਮਝ ਲਓ ਕਿ ਅਸੀਂ ਕਮਜ਼ੋਰ ਤਰੀਨ ਕੌਮ ਸਾਂ ਤੇ ਸਾਨੂੰ ਇਹ ਜੋ ਇੱਜ਼ਤ ਦਿੱਤੀ ਹੈ ਰੱਬ ਨੇ ਦੀਨ ਦੀ ਵਜ੍ਹਾ ਤੋਂ ਦਿੱਤੀ, ਲਿਹਾਜ਼ਾ ਦੁਬਾਰਾ ਇਹ ਗੱਲ ਨਾ ਕਰੀ। ਤੇ ਯਾਦ ਰੱਖਣਾ ਕੋਈ ਵੀ ਮੁਸਲਮਾਨ ਦੀਨ ਤੋਂ ਇਲਾਵਾ ਕਿਸੇ ਹੋਰ ਪਾਸੋਂ ਇੱਜ਼ਤ ਲੱਭਣ ਦੀ ਕੋਸ਼ਿਸ਼ ਕਰੇਗਾ ਤੇ ਉਹ ਜ਼ਲੀਲ ਹੋ ਜਾਏਗਾ। ਉਹੀ ਹੋਇਆ, ਆਪ ਤਸ਼ਰੀਫ ਲਿਆਏ, ਉਹਨਾਂ ਨਿਸ਼ਾਨੀਆਂ ਦੇਖੀਆਂ ਕਿ ਜਿਸ ਟਾਈਮ ਤਸ਼ਰੀਫ ਲਿਆਏ ਤੇ ਸਵਾਰੀ ਦੇ ਉੱਤੇ ਜਨਾਬ ਆਲਾ ਗੁਲਾਮ ਦੀ ਵਾਰੀ ਹੈ ਕਿਉਂਕਿ ਇੱਕੋ ਉੱਠ ਆਪ ਬੈਤੁਲ ਮਾਲ ਚੋਂ ਲੈ ਕੇ ਨਿਕਲੇ। ਉਹਨਾਂ ਕਿਹਾ ਜੀ ਕੁਛ ਹਿਫਾਜ਼ਤੀ ਦਸਤੇ ਲੈ ਜਾਓ। ਫਰਮਾਇਆ ਨਹੀਂ, ਬੈਤੁਲ ਮਾਲ ਦੇ ਉੱਤੇ ਮੈਂ ਬੋਝ ਨਹੀਂ ਬਣਨਾ ਚਾਹੁੰਦਾ, ਇਹ ਉਹਨਾਂ ਲੋਕਾਂ ਵਾਸਤੇ ਜਿਹਨਾਂ ਨੂੰ ਦੀਨ ਦਾ ਨਾਂ ਸੁਣਦੇ ਮਰੋੜ ਉੱਠਣੇ ਸ਼ੁਰੂ ਹੋ ਜਾਂਦੇ ਨੇ ਨਾ, ਉਹ ਬਈ ਪਰੇਸ਼ਾਨੀਆਂ ਇਹਨਾਂ ਨੂੰ ਹੈ ਨਹੀਂ ਤਾਂ ਕਿ ਇੱਕ SHO ਨਿਕਲਦਾ ਤੇ ਨਾਲ ਕਿਤਨੀ ਜਨਾਬ ਆਲਾ ਆਪਣੇ ਲਵਾਜ਼ਮਾਤ ਲੈ ਕੇ ਨਿਕਲਦਾ ਹੈ, ਕਿ DSP ਨਿਕਲਦਾ ਤੇ ਆਪਣੇ ਨਾਲ ਜਨਾਬ ਆਲਾ ਕਿਤਨੇ ਲਵਾਜ਼ਮਾਤ ਲੈ ਕੇ ਨਿਕਲਦਾ ਹੈ, DC ਨਿਕਲੇ ਤੇ ਕਿਤਨੀਆਂ ਗੱਡੀਆਂ ਲੈ ਕੇ ਨਿਕਲਦਾ ਹੈ, ਮਨਿਸਟਰ ਲੈ ਕੇ ਨਿਕਲੇ ਕਿਤਨੀਆਂ ਗੱਡੀਆਂ ਲੈ ਕੇ ਨਿਕਲਦਾ ਹੈ,
ਲੇਕਿਨ ਕਈ ਲੱਖ ਮੁਰੱਬਾ ਮੀਲ ਦਾ ਹਾਕਮ ਹੈ, ਇੱਕ ਉੱਠੇ ਤੇ ਇੱਕ ਜਨਾਬ ਆਲਾ ਨਾਲ ਗੁਲਾਮ ਹੈ, ਤਿੰਨ ਮੀਲ ਆਪ ਪੈਦਲ ਚੱਲਦਾ ਤੇ ਤਿੰਨ ਮੀਲ ਗੁਲਾਮ ਚੱਲਦਾ। ਉੱਚੀ ਬੋਲੋ, ਆਏ ਨੇ ਜਨਾਬ ਆਲਾ। ਜਿਸ ਵੇਲੇ ਉਹਨਾਂ ਨੇ ਨਿਸ਼ਾਨੀਆਂ ਦੇਖੀਆਂ, ਨਿਸ਼ਾਨੀਆਂ ਦੇਖਣ ਤੋਂ ਬਾਅਦ ਜਿਸ ਵੇਲੇ ਉਹਨਾਂ ਨੇ ਪੁਰਮਨ ਤਰੀਕੇ ਨਾਲ ਬੈਤੁਲ ਮੁਕੱਦਸ ਸਾਹਿਬ ਦੇ ਹਵਾਲੇ ਕਰ ਦਿੱਤਾ, ਉੱਥੇ ਜਨਾਬ ਆਲਾ ਸਾਇਨ ਹੋ ਗਏ, ਦਸਤਖਤ ਹੋ ਗਏ, ਆਪ ਉੱਠਣ ਲੱਗੇ ਤੇ ਉਹ ਬੁੱਢਾ ਆਇਆ, ਹੋਰ ਬੁੱਢਾ ਹੋ ਗਿਆ ਸੀ। ਅੱਗੇ ਆ ਕੇ ਜਨਾਬ ਆ ਕੇ ਕਹਿੰਦਾ ਹੈ ਮੈਨੂੰ ਪਛਾਣਿਆ ਜੇ? ਆਪਣੇ ਫਰਮਾਇਆ ਤੂੰ ਕੌਣ? ਉਹਨੇ ਖਤ ਕੱਢਿਆ, ਕਹਿੰਦਾ ਜਨਾਬ ਆਲਾ ਐ ਵੇਖੋ, ਤੁਸੀਂ ਮੈਨੂੰ ਸਾਇਨ ਕਰਕੇ ਦਿੱਤੇ, ਤੁਸੀਂ ਮੈਨੂੰ ਲੱਕੇ ਦਿੱਤਾ ਹੈ, ਇਹ ਜ਼ਮੀਨ ਜਨਾਬ ਜਦੋਂ ਤੁਹਾਡੀ ਹੋਵੇਗੀ ਤੁਸੀਂ ਮੈਨੂੰ ਦਿਓਗੇ। ਫਰਮਾਇਆ ਬਿਲਕੁਲ ਲੱਗ ਰਹੇ ਉਮਰ ਦੀ ਹੋਵੇ ਤੇ ਉਮਰ ਵਾਕਈ ਤੈਨੂੰ ਅੱਜ ਵੀ ਦੇਣ ਵਾਸਤੇ ਤਿਆਰ ਹੋ, ਲੇਕਿਨ ਇਹ ਜ਼ਮੀਨ ਉਮਰ ਦੀ ਨਹੀਂ, ਜ਼ਮੀਨ ਮੇਰੇ ਰੱਬ ਦੀ ਹੈ, ਮੈਂ ਸਿਰਫ ਇਸ ਜ਼ਮੀਨ ਦੇ ਉੱਤੇ ਜਨਾਬ ਆਲਾ ਇੱਕ ਨਿਗਰਾਨ ਤੇ ਨਿਗੇਬਾਨ ਬਣ ਕੇ ਆਇਆ, ਇਹ ਜ਼ਮੀਨ ਤੇ ਦੀ ਜਨਾਬ ਆਲਾ ਪੈਦਾਵਾਰ ਮੁਸਲਮਾਨਾਂ ਦੀ ਅਮਾਨਤ ਹੈ, ਮੈਂ ਸਿਰਫ ਇੱਕ ਚੌਕੀਦਾਰ ਬਣ ਕੇ ਆਇਆ। ਬਸ ਜਨਾਬ ਆਲਾ ਇਸੇ ਗੱਲ ਤੇ ਇਕਬਾਲ ਫਰਮਾਉਂਦਾ ਹੈ ਕਿ ਜਨਾਬ ਆਲਾ ਇਸੇ ਬਣ ਕਰ ਔਰ ਕਿਆ ਫਿਕਰੋ ਅਮਲ ਕਾ ਇਨਕਲਾਬ, ਬਾਦਸ਼ਾਹੋਂ ਕੀ ਨਹੀਂ ਅੱਲਾਹ ਕੀ ਹੈ ਯੇ ਜ਼ਮੀਨ। ਇਸ ਜ਼ਮੀਨ ਦੇ ਉੱਤੇ ਬਾਦਸ਼ਾਹਾਂ ਦੀ ਮਰਜ਼ੀ ਨਹੀਂ ਚੱਲਣੀ, ਮੇਰੇ ਰੱਬ ਦੀ ਮਰਜ਼ੀ। ਤੁਹਾਡਾ ਜੋ ਦਿਲ ਕਰੇ ਕਾਨੂੰਨ ਜਾਰੀ ਕੀਤੀ ਹੋ, ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਤੇ ਸੁਣੋ, ਭਾਵੇਂ ਕੋਈ ਜਰਨੈਲ ਹੋਵੇ, ਭਾਵੇਂ ਕੋਈ ਜੱਜ ਹੋਵੇ, ਭਾਵੇਂ ਕੋਈ ਐਮ ਪੀ ਐਮ ਐਨ ਏ ਤੇ ਮਨਿਸਟਰ ਹੋਵੇ, ਜੇ ਰਸੂਲੁੱਲਾਹ ਦਾ ਕਲਮਾ ਪੜ੍ਹਦਾ ਤੇ ਰਸੂਲੁੱਲਾਹ ਦਾ ਦੀਨ ਉਹਨੂੰ ਪੁੱਛੇਗਾ ਤੇ ਉਹਨੂੰ ਜਵਾਬ ਦੇਣਾ ਪਵੇਗਾ। ਸਮਝ ਆਈ ਹੈ ਕਿ ਨਹੀਂ? ਸਵਾ ਲੱਖ ਸਿਹਾਬਾ ਜਿਸ ਦੀਨ ਦੇ ਅੱਗੇ ਸਿਰ ਝੁਕਾ ਦਿੱਤਾ ਹੈ, ਉਹਦੇ ਅੱਗੇ ਮੇਰੀ ਤੁਹਾਡੀ ਕੀ ਹੈਸੀਅਤ ਹੈ, ਤੇ ਉਹਦੇ ਅੱਗੇ ਜਨਾਬ ਇਮਰਾਨ ਨਵਾਜ਼ ਜ਼ਰਦਾਰੀ ਦੀ ਤੇ ਬਾਜਵੇ ਦੀ ਕੀ ਹੈਸੀਅਤ, ਉਹਦੇ ਅੱਗੇ ਸਾਡੇ ਸਾਰਿਆਂ ਨੇ ਸਿਰ ਝੁੱਕੇ ਨੇ।